ਸਤਲੁਜ ਦਰਿਆ ਦੇ ਵਿੱਚ ਇੱਕ 19 ਸਾਲ ਦਾ ਨੌਜਵਾਨ ਲਾਪਤਾ ਹੋ ਗਿਆ। ਕਿਹਾ ਜਾ ਰਿਹਾ ਹੈ ਕਿ 6 ਦੋਸਤ ਇਕੱਠੇ ਹੋ ਕੇ ਨਹਾਉਣ ਦੇ ਲਈ ਇਸ ਦਰਿਆ ਦੇ ਵਿੱਚ ਆਏ ਸੀ, ਪਰ 5 ਇਸ ਦੇ ਵਿੱਚੋਂ ਨਿਕਲ ਕੇ ਫਰਾਰ ਹੋ ਗਏ ਤੇ 1 ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਹਾਲੇ ਨੌਜਵਾਨ ਦਾ ਕੁਝ ਥਾਂ ਟਿਕਾਣਾ ਨਹੀਂ ਪਤਾ ਲੱਗਿਆ। ਗੋਤਾਖੋਰਾਂ ਦੀ ਵੀ ਮਦਦ ਲਈ ਗਈ, ਪਰ ਗੋਤਾਖੋਰਾਂ ਨੂੰ ਵੀ ਹਾਲੇ ਤੱਕ ਉਸ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਤਾਂ 19 ਸਾਲ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ, ਜੋ ਕਿ ਆਪਣੇ ਦੋਸਤਾਂ ਦੇ ਨਾਲ ਪਿਛਲੇ ਐਤਵਾਰ ਨੂੰ ਇਸ ਦਰਿਆ ਦੇ ਉੱਤੇ ਨਹਾਉਣ ਦੇ ਲਈ ਆਇਆ ਸੀ। ਪਰ ਕਿਹਾ ਜਾ ਰਿਹਾ ਕਿ ਤੈਰਦੇ ਇਹ ਕਾਫ਼ੀ ਅੱਗੇ ਤੱਕ ਚਲਾ ਜਾਂਦਾ, ਜਿੱਥੇ ਪਾਣੀ ਜ਼ਿਆਦਾ ਹੁੰਦਾ ਹੈ ਅਤੇ ਉੱਥੇ ਜਾ ਕੇ ਇਹ ਡੁੱਬ ਜਾਂਦਾ। ਹਾਲਾਂਕਿ ਜਿਹੜੇ ਇਸ ਦੇ ਨਾਲ ਦੇ ਸੀ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਪਰ ਹੁਣ ਪਰਿਵਾਰ ਜੋ ਹੈ ਆਪਣੇ ਬੇਟੇ ਨੂੰ ਲੱਭਣ ਦੀਆਂ ਤਮਾਮ ਕੋਸ਼ਿਸ਼ਾਂ ਕਰਦਾ ਨਜ਼ਰ ਆ ਰਿਹਾ। ਤਾਂ ਦੱਸ ਦਈਏ ਕਿ ਗੋਤਾਖੋਰਾਂ ਦੇ ਵੱਲੋਂ ਵੀ ਜਿੱਥੇ ਲਗਾਤਾਰ ਇਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਤਾਂ 9 ਦਿਨ ਬੀਤ ਜਾਣ ਤੋਂ ਬਾਅਦ ਵੀ ਬੱਚੇ ਦੀ ਲਾਸ਼ ਜੋ ਹੈ ਹਾਲੇ ਤੱਕ ਨਹੀਂ ਮਿਲੀ ਹੈ। 19 ਸਾਲ ਇਸ ਦੀ ਉਮਰ ਦੱਸੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਤਾਂ ਇਸ ਖਬਰ ਤੋਂ ਸੇਧ ਲੈਣ ਦੀ ਲੋੜ ਹੈ ਕਿ ਕਦੇ ਵੀ ਆਪਣੇ ਬੱਚੇ ਨੂੰ ਨਹਿਰ 'ਤੇ, ਸੂਏ 'ਤੇ, ਸਵਿਮਿੰਗ ਪੂਲ 'ਤੇ ਜਾਂ ਫਿਰ ਕਿਸੇ ਅਜਿਹੀ ਥਾਂ 'ਤੇ ਭੇਜਣ ਦੀ ਕੋਈ ਲੋੜ ਨਹੀਂ ਹੈ ਜਿੱਥੇ ਕੋਈ ਖਤਰਾ ਹੋਵੇ। ਹਾਲਾਂਕਿ ਜੇਕਰ ਭੇਜਣਾ ਵੀ ਹੈ ਕਿਸੇ ਸਵਿਮਿੰਗ ਪੂਲ ਦੇ ਵਿੱਚ, ਤਾਂ ਉੱਥੇ ਜ਼ਰੂਰ ਇਹ ਤੁਸੀਂ ਪੁਸ਼ਟੀ ਕਰ ਲਓ ਕਿ ਉੱਥੇ ਸਿਕਿਉਰਿਟੀ ਦੀ, ਸੇਫਟੀ ਦੀ ਕੀ ਉੱਥੇ ਬੰਦੋਬਸਤ ਕੀਤੇ ਗਏ ਨੇ। ਤਾਂ ਦੱਸ ਦਈਏ ਕਿ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ। ਲੁਧਿਆਣਾ ਤੋਂ ਹੀ ਇਹ ਮਾਮਲਾ ਸਾਹਮਣੇ ਆਇਆ। ਹਾਲਾਂਕਿ ਲੁਧਿਆਣਾ ਦੇ ਵਿੱਚ ਹੀ ਬੀਤੇ ਦਿਨਾਂ 4 ਦੋਸਤ ਜੋ ਨੇ ਉਹ ਲਾਪਤਾ ਹੋਏ ਨੇ, ਸਤਲੁਜ ਦਰਿਆ ਦੇ ਵਿੱਚ ਹੀ ਡੁੱਬੇ ਨੇ। ਪਰ ਹੁਣ ਇੱਕ ਹੋਰ ਇਹ ਨਵਾਂ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ 9 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦਾ ਹਾਲੇ ਵੀ ਕੁਝ ਪਤਾ ਨਹੀਂ ਚੱਲ ਸਕਿਆ। ਗਰਮੀ ਦੇ ਕਾਰਨ ਹੀ ਇਹ ਵੀ ਆਪਣੇ ਦੋਸਤਾਂ ਦੇ ਨਾਲ ਨਹਾਉਣ ਦੇ ਲਈ ਆਇਆ ਸੀ, ਪਰ 1 ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਇਸਦਾ ਕੋਈ ਸੁਰਾਗ ਨਹੀਂ ਮਿਲਿਆ। ਗੋਤਾਖੋਰਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪੂਰਾ ਪਰਿਵਾਰ ਤੰਗ ਪਰੇਸ਼ਾਨ ਹੈ, ਪਰ ਹਾਲੇ ਤੱਕ ਨੌਜਵਾਨ ਕਿਤੇ ਵੀ ਨਹੀਂ ਮਿਲਿਆ। ਤਾਂ ਦੱਸ ਦਈਏ ਕਿ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਨਦੀਆਂ ਦੇ ਵਿੱਚ, ਸੂਇਆਂ ਦੇ ਵਿੱਚ ਡੁੱਬਣ ਦੇ, ਜਿੱਥੇ ਕਿ ਲਗਾਤਾਰ ਜੋ ਘਰਾਂ ਦੇ ਚਿਰਾਗ ਨੇ ਉਹ ਬੁਝਦੇ ਨਜ਼ਰ ਆ ਰਹੇ ਨੇ। ਪਰ ਇਹਨਾਂ ਖਬਰਾਂ ਤੋਂ ਹੁਣ ਲੋੜ ਹੈ ਮਾਪਿਆਂ ਨੂੰ ਸੇਧ ਲੈਣ ਦੀ ਕਿ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖਿਆ ਜਾਵੇ ਕਿ ਆਖਰ ਉਹ ਕਿੱਥੇ ਜਾ ਰਿਹਾ। ਨਹਿਰਾਂ 'ਤੇ, ਸੂਇਆਂ ਦੇ ਉੱਤੇ ਕਦੇ ਵੀ ਆਪਣੇ ਬੱਚੇ ਨੂੰ ਨਹੀਂ ਭੇਜਣਾ ਚਾਹੀਦਾ, ਕਿਉਂਕਿ ਲਗਾਤਾਰ ਅਣਸੁਖਾਵੀ ਘਟਨਾਵਾਂ ਵਾਪਰਦੀਆਂ ਨਜ਼ਰ ਆ ਰਹੀਆਂ ਨੇ। ਪੰਚਕੂਲਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਡੈਮ ਦੇ ਵਿੱਚ ਇੱਕ ਮੁੰਡਾ ਨਹਾਉਣ ਦੇ ਲਈ ਗਿਆ ਸੀ, ਜਿੱਥੇ ਕਿ ਡੂੰਘੇ ਪਾਣੀ ਦੇ ਵਿੱਚ ਜਾਣ ਕਾਰਨ ਉਸਦੀ ਵੀ ਮੌਤ ਹੋ ਗਈ ਹੈ। NDRF ਦੀ ਮਦਦ ਦੇ ਨਾਲ ਉਸਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਸਤਲੁਜ ਦਰਿਆ ਦੇ ਵਿੱਚ ਇੱਕ 19 ਸਾਲ ਦਾ ਨੌਜਵਾਨ ਲਾਪਤਾ ਹੋ ਗਿਆ। ਕਿਹਾ ਜਾ ਰਿਹਾ ਹੈ ਕਿ 6 ਦੋਸਤ ਇਕੱਠੇ ਹੋ ਕੇ ਨਹਾਉਣ ਦੇ ਲਈ ਇਸ ਦਰਿਆ ਦੇ ਵਿੱਚ ਆਏ ਸੀ, ਪਰ 5 ਇਸ ਦੇ ਵਿੱਚੋਂ ਨਿਕਲ ਕੇ ਫਰਾਰ ਹੋ ਗਏ ਤੇ 1 ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਹਾਲੇ ਨੌਜਵਾਨ ਦਾ ਕੁਝ ਥਾਂ ਟਿਕਾਣਾ ਨਹੀਂ ਪਤਾ ਲੱਗਿਆ। ਗੋਤਾਖੋਰਾਂ ਦੀ ਵੀ ਮਦਦ ਲਈ ਗਈ, ਪਰ ਗੋਤਾਖੋਰਾਂ ਨੂੰ ਵੀ ਹਾਲੇ ਤੱਕ ਉਸ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਤਾਂ 19 ਸਾਲ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ, ਜੋ ਕਿ ਆਪਣੇ ਦੋਸਤਾਂ ਦੇ ਨਾਲ ਪਿਛਲੇ ਐਤਵਾਰ ਨੂੰ ਇਸ ਦਰਿਆ ਦੇ ਉੱਤੇ ਨਹਾਉਣ ਦੇ ਲਈ ਆਇਆ ਸੀ। ਪਰ ਕਿਹਾ ਜਾ ਰਿਹਾ ਕਿ ਤੈਰਦੇ ਇਹ ਕਾਫ਼ੀ ਅੱਗੇ ਤੱਕ ਚਲਾ ਜਾਂਦਾ, ਜਿੱਥੇ ਪਾਣੀ ਜ਼ਿਆਦਾ ਹੁੰਦਾ ਹੈ ਅਤੇ ਉੱਥੇ ਜਾ ਕੇ ਇਹ ਡੁੱਬ ਜਾਂਦਾ। ਹਾਲਾਂਕਿ ਜਿਹੜੇ ਇਸ ਦੇ ਨਾਲ ਦੇ ਸੀ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਪਰ ਹੁਣ ਪਰਿਵਾਰ ਜੋ ਹੈ ਆਪਣੇ ਬੇਟੇ ਨੂੰ ਲੱਭਣ ਦੀਆਂ ਤਮਾਮ ਕੋਸ਼ਿਸ਼ਾਂ ਕਰਦਾ ਨਜ਼ਰ ਆ ਰਿਹਾ। ਤਾਂ ਦੱਸ ਦਈਏ ਕਿ ਗੋਤਾਖੋਰਾਂ ਦੇ ਵੱਲੋਂ ਵੀ ਜਿੱਥੇ ਲਗਾਤਾਰ ਇਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਤਾਂ 9 ਦਿਨ ਬੀਤ ਜਾਣ ਤੋਂ ਬਾਅਦ ਵੀ
ਬੱਚੇ ਦੀ ਲਾਸ਼ ਜੋ ਹੈ ਹਾਲੇ ਤੱਕ ਨਹੀਂ ਮਿਲੀ ਹੈ। 19 ਸਾਲ ਇਸਦੀ ਉਮਰ ਦੱਸੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਤਾਂ ਇਸ ਖਬਰ ਤੋਂ ਸੇਧ ਲੈਣ ਦੀ ਲੋੜ ਹੈ ਕਿ ਕਦੇ ਵੀ ਆਪਣੇ ਬੱਚੇ ਨੂੰ ਨਹਿਰ 'ਤੇ, ਸੂਏ 'ਤੇ, ਸਵਿਮਿੰਗ ਪੂਲ 'ਤੇ ਜਾਂ ਫਿਰ ਕਿਸੇ ਅਜਿਹੀ ਥਾਂ 'ਤੇ ਭੇਜਣ ਦੀ ਕੋਈ ਲੋੜ ਨਹੀਂ ਹੈ ਜਿੱਥੇ ਕੋਈ ਖਤਰਾ ਹੋਵੇ। ਹਾਲਾਂਕਿ ਜੇਕਰ ਭੇਜਣਾ ਵੀ ਹੈ ਕਿਸੇ ਸਵਿਮਿੰਗ ਪੂਲ ਦੇ ਵਿੱਚ ਤਾਂ ਉੱਥੇ ਜ਼ਰੂਰ ਇਹ ਤੁਸੀਂ ਪੁਸ਼ਟੀ ਕਰ ਲਓ ਕਿ ਉੱਥੇ ਸਿਕਿਉਰਿਟੀ ਦੀ, ਸੇਫਟੀ ਦੀ ਕੀ ਉੱਥੇ ਬੰਦੋਬਸਤ ਕੀਤੇ ਗਏ ਨੇ। ਤਾਂ ਦੱਸ ਦਈਏ ਕਿ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ। ਲੁਧਿਆਣਾ ਤੋਂ ਹੀ ਇਹ ਮਾਮਲਾ ਸਾਹਮਣੇ ਆਇਆ। ਹਾਲਾਂਕਿ ਲੁਧਿਆਣਾ ਦੇ ਵਿੱਚ ਹੀ ਬੀਤੇ ਦਿਨਾਂ 4 ਦੋਸਤ ਜੋ ਨੇ ਉਹ ਲਾਪਤਾ ਹੋਏ ਨੇ, ਸਤਲੁਜ ਦਰਿਆ ਦੇ ਵਿੱਚ ਡੁੱਬੇ ਨੇ। ਪਰ ਹੁਣ ਇੱਕ ਹੋਰ ਇਹ ਨਵਾਂ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ 9 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦਾ ਹਾਲੇ ਵੀ ਕੁਝ ਪਤਾ ਨਹੀਂ ਚੱਲ ਸਕਿਆ। ਗਰਮੀ ਦੇ ਕਾਰਨ ਹੀ ਇਹ ਵੀ ਆਪਣੇ ਦੋਸਤਾਂ ਦੇ ਨਾਲ ਨਹਾਉਣ ਦੇ ਲਈ ਆਇਆ ਸੀ, ਪਰ ਇੱਕ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਇਸਦਾ ਕੋਈ ਸੁਰਾਗ ਨਹੀਂ ਮਿਲਿਆ। ਗੋਤਾਖੋਰਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪੂਰਾ ਪਰਿਵਾਰ ਤੰਗ ਪਰੇਸ਼ਾਨ ਹੈ, ਪਰ ਹਾਲੇ ਤੱਕ ਨੌਜਵਾਨ ਕਿਤੇ ਵੀ ਨਹੀਂ ਮਿਲਿਆ। ਤਾਂ ਦੱਸ ਦਈਏ ਕਿ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਨਦੀਆਂ ਦੇ ਵਿੱਚ, ਸੂਇਆਂ ਦੇ ਵਿੱਚ ਡੁੱਬਣ ਦੇ, ਜਿੱਥੇ ਕਿ ਲਗਾਤਾਰ ਜੋ ਘਰਾਂ ਦੇ ਚਿਰਾਗ ਨੇ ਉਹ ਬੁਝਦੇ ਨਜ਼ਰ ਆ ਰਹੇ ਨੇ। ਪਰ ਇਹਨਾਂ ਖਬਰਾਂ ਤੋਂ ਹੁਣ ਲੋੜ ਹੈ ਮਾਪਿਆਂ ਨੂੰ ਸੇਧ ਲੈਣ ਦੀ ਕਿ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖਿਆ ਜਾਵੇ ਕਿ ਆਖਰ ਉਹ ਕਿੱਥੇ ਜਾ ਰਿਹਾ। ਨਹਿਰਾਂ ਅਤੇ ਸੂਇਆਂ ਦੇ ਉੱਤੇ ਕਦੇ ਵੀ ਆਪਣੇ ਬੱਚੇ ਨੂੰ ਨਹੀਂ ਭੇਜਣਾ ਚਾਹੀਦਾ, ਕਿਉਂਕਿ ਲਗਾਤਾਰ ਅਣਸੁਖਾਵੀ ਘਟਨਾਵਾਂ ਵਾਪਰਦੀਆਂ ਨਜ਼ਰ ਆ ਰਹੀਆਂ ਨੇ। ਪੰਚਕੂਲਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਡੈਮ ਦੇ ਵਿੱਚ ਇੱਕ ਮੁੰਡਾ ਨਹਾਉਣ ਦੇ ਲਈ ਗਿਆ ਸੀ ਜਿੱਥੇ ਕਿ ਡੂੰਘੇ ਪਾਣੀ ਦੇ ਵਿੱਚ ਜਾਣ ਕਾਰਨ ਉਸਦੀ ਵੀ ਮੌਤ ਹੋ ਗਈ ਹੈ। NDRF ਦੀ ਮਦਦ ਦੇ ਨਾਲ ਉਸਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।